ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਗਰਮੀਆਂ ਵਿੱਚ ਕਿਸ ਤਰ੍ਹਾਂ ਦੇ ਸੂਟ ਬਣਵਾਉ ਆਈਡੀਆਸ ਮਿਲਣਗੇ ਕਿਹੜੇ ਸੂਟ ਦਾ ਟ੍ਰੈਂਡ ਹੈ ਜਿਵੇਂ ਕਿ ਪ੍ਰਿੰਟਿੰਗ ਸੂਟ ਦਾ ਕਾਫੀ ਟ੍ਰੈਂਡ ਹੈ ਤੁਸੀਂ ਪ੍ਰਿੰਟਿੰਗ ਪਲਾਜ਼ੋ ਸੂਟ ਬਣਵਾ ਸਕਦੇ ਹੋ ਡੇਲੀ ਵੇਅਰ ਦੇ ਲਈ ਗਰਮੀਆਂ ਵਿੱਚ ਕਾਟਨ ਦੇ ਜੋ ਪਲਾਜ਼ੋ ਸੂਟ ਹੈ ਇਹਨਾਂ ਦਾ ਕਾਫੀ ਟ੍ਰੈਂਡ ਰਹਿੰਦਾ ਹੈ ਤੇ ਸੋਹਣੇ ਵੀ ਲੱਗਦੇ ਹਨ ਤੁਸੀਂ ਪਲਾਜ਼ੋ suit ਜਾਂ ਫਿਰ ਸਲਵਾਰ suit ਵੀ ਬਣਾ ਸਕਦੇ ਹੋ ਪ੍ਰਿੰਟਿੰਗ suit ਇੰਨਾ ਤਾਂ ਜ਼ਿਆਦਾ ਰਿਵਾਜ ਰਹਿਦਾ ਹੈ ਕਿ ਤੁਸੀਂ ਪ੍ਰਿੰਟਿੰਗ suit ਬਣਵਾ ਸਕਦੇ ਹੋ ਨਹੀਂ ਤਾਂ ਤੁਸੀਂ ਇਸ ਤਰ੍ਹਾਂ ਪਲੇਨ ਪਲਾਜ਼ੋ suit ਵੀ ਰੈਡੀ ਕਰਵਾ ਸਕਦੇ ਹੋ ਕਾਟਨ ਦੇ ਫੈਬਰਿਕ ਵਿੱਚ ਜੋ ਪਲਾਜ਼ੋ suit ਹਨ ਬਹੁਤ ਸੋਹਣੇ ਲੱਗਦੇ ਹਨ ਦੁਪੱਟਾ ਤੁਸੀਂ ਮੈਚ ਕਰਕੇ ਟਰਾਈ ਕਰ ਸਕਦੇ ਹੋ ਇਸ ਵੀਡੀਓ ਵਿੱਚ ਤੁਹਾਨੂੰ ਬਹੁਤ ਹੀ ਸੋਹਣੇ ਸੋਹਣੇ ਡੇਲੀ ਵੇਅਰ ਪਲਾਜ਼ੋ ਸੂਟ ਦੇਖਣ ਨੂੰ ਮਿਲਣਗੇ ਤੁਸੀਂ ਪਲਾਜ਼ੋ ਸੂਟ ਨਹੀਂ ਬਣਵਾਉਣਾ ਚਾਹੁੰਦੇ ਬਾਟਮ ਤੁਸੀਂ ਸਲਵਾਰ ਬਣਾ ਸਕਦੇ ਹੋ ਤੁਸੀਂ ਫਰੌਕ ਤੇ ਨਾਲ ਵੀ ਪਲਾਜ਼ੋ ਜਾਂ ਫਿਰ ਸਲਵਾਰ ਸਟਾਈਲ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਲੌਂਗ ਕੁੜਤੀ ਦੇ ਨਾਲ ਪਲਾਜ਼ੋ ਸਟਾਈਲ ਕਰ ਸਕਦੇ ਹੋ 슬ੀਵਸ ਤੁਸੀਂ ਕੁਆਟਰ ਜਾਂ ਫਿਰ ਤੁਸੀਂ ਹੋਲ ਸਲੀਵਸ ਟਰਾਈ ਕਰ ਸਕਦੇ ਹੋ ਸਮਰ ਸੀਜ਼ਨ ਦੇ ਲਈ ਜੇਕਰ ਤੁਹਾਨੂੰ ਇਸ ਵੀਡੀਓ ਵਿੱਚ ਇੱਕ ਵੀ ਸੂਟ ਵਧੀਆ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਜ਼ਰੂਰ ਕਰਿਓ ਜੇਕਰ ਤੁਹਾਨੂੰ ਇਸ ਵੀਡੀਓ ਵਿੱਚ ਇੱਕ ਵੀ ਸੂਟ ਪਸੰਦ ਆਵੇ ਤਾਂ ਵੀਡੀਓ ਨੂੰ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਲਾਈਕ ਤੇ ਸ਼ੇਅਰ ਕਰਨ ਦਾ ਕੋਈ ਵੀ ਚਾਰਜ ਨਹੀਂ ਹੈ ਰਿਕਵੈਸਟ ਹੈ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਫਸਟ ਟਾਈਮ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤਾਂ ਤੁਸੀਂ ਇਸ ਤਰ੍ਹਾਂ ਦੇ ਬਹੁਤ ਹੀ ਸੋਹਣੇ-ਸੋਹਣੇ ਗਰਮੀਆਂ ਵਿੱਚ ਸੂਟ ਬਣਵਾ ਸਕਦੇ ਹੋ ਜਾਂ ਫਿਰ ਪਲਾਜੋ ਸੂਟ ਜਾਂ ਫਿਰ ਤੁਸੀਂ ਪਟਿਆਲਾ ਸਲਵਾਰ ਸੂਟ ਬਣਵਾ ਸਕਦੇ ਹੋ ਇਸ ਤਰ੍ਹਾਂ ਦੇ ਪ੍ਰਿੰਟਿੰਗ ਸੂਟ ਜ਼ਿਆਦਾ ਟ੍ਰੈਂਡ ਵਿੱਚ ਹਨ ਤਾਂ ਤੁਸੀਂ ਪ੍ਰਿੰਟਿੰਗ ਸੂਟ ਟਰਾਈ ਕਰ ਸਕਦੇ ਹੋ ਫਰੋਕ ਸੂਟ ਤੁਸੀਂ ਬਣਵਾ ਸਕਦੇ ਹੋ ਫਰੋਕ ਸੂਟ ਵੀ ਬੜੇ ਵਧੀਆ ਲੱਗਦੇ ਹਨ ਤੁਸੀਂ ਪ੍ਰਿੰਟਿੰਗ ਕਾਟਨ ਦੇ ਫੈਬਰਿਕ ਵਿੱਚ ਸੂਟ ਰੈਡੀ ਕਰਵਾ ਸਕਦੇ ਹੋ ਪਲੇਨ ਬੋਟਮ ਦਾ ਯੂਜ਼ ਕਰ ਸਕਦੇ ਹੋ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਵਿੱਚ ਕੋਈ ਨਾ ਕੋਈ ਡਿਜ਼ਾਈਨ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ ਸੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ